ਤੇ ਕਿਦਾਂ ਦੋਸਤੋ ਹੋਪ ਕਰਦਾ ਤੋ ਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਜਿਵੇਂ ਕਿ ਤੁਸੀਂ ਟਾਈਟਲ ਤੇ ਥੰਬਨੇਲ ਤੋਂ ਵੇਖ ਲਿਆ ਕਿ ਕੰਗਨਾ ਰਣਾਵਤ ਨੇ ਸ਼ੁਭ ਦੇ ਗਾਣੇ ਨੂੰ ਸਟੋਰੀ ਤੇ ਲਾਇਆ ਤੇ ਉਸ ਤੋਂ ਬਾਅਦ ਸ਼ੁਭ ਦਾ ਕੀ ਰਿਐਕਸ਼ਨ ਸੀ ਤੇ ਨਾਲ ਵਿਰਾਟ ਕੋਹਲੀ ਦੇ ਇਸ ਚੀਜ਼ ਤੇ ਕੀ ਵਿਚਾਰ ਨੇ ਇਸ ਚੀਜ਼ ਨੂੰ ਵੀ ਆਪਾਂ ਡਿਸਕਸ ਕਰਾਂਗੇ ਦਿਲਜੀਤ ਦੋਸਾਂਝ ਪਾਜੀ ਦੀ ਅੰਬਾਨੀ ਵੈਡਿੰਗ ਦੀ ਪਰਫਾਰਮੈਂਸ ਨੂੰ ਲੋਕ ਟ੍ਰੋਲ ਕਰ ਰਹੇ ਤੇ ਉਹਨੂੰ ਵੀ ਡਿਸਕਸ ਕਰ ਲਾਂਗੇ ਸਭ ਨੂੰ ਪਹਿਲ ਤੇ ਯਾਰ ਇੱਕ ਇਮੋਸ਼ਨਲ ਜੀ ਗੱਲ ਜਿਵੇਂ ਕਿ ਸਿੱਧੂ ਮੂਸੇਵਾਲੇ ਬਾਈ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਤੋਂ ਦੂਰ ਹੋਇਆ ਨੂੰ 648 ਡੇਜ਼ ਐਂਡ ਔਨਵਰਡ ਹੋ ਗਏ ਨੇ ਲੋਕਾਂ ਨੂੰ ਹਲੇ ਵੀ ਉਹਨਾਂ ਦੇ ਉਲੂਯਨ ਵੇਖਣ ਨੂੰ ਮਿਲਦੇ ਨੇ ਕੋਈ ਲੋਕ ਕਲਾਉਡਸ ਦੇ ਵਿੱਚ ਉਹਨਾਂ ਦੀ ਫੋਟੋ ਨੂੰ ਇੰਡੀਕੇਟ ਕਰਦੇ ਨੇ ਸਿੱਧੂ ਮੂਸੇਵਾਲਾ ਕਈ ਲੋਕ ਨਾਸਾ ਦੀ ਦਿੱਤੀ ਗਈ ਤਸਵੀਰਾਂ ਦੇ ਵਿੱਚ ਉਹਨਾਂ ਨੂੰ ਇੰਡੀਕੇਟ ਕਰਦੇ ਨੇ ਗੈਸ ਹੂਜ਼ ਬੈਕ ਲੋਕਾਂ ਦਾ ਵੱਖਰੇ ਵੱਖਰੇ ਤਰੀਕੇ ਨਾਲ ਕਰੇ ਜਾਣ ਵਾਲਾ ਪਿਆਰ ਜੋ ਸਿੱਧੂ ਬਾਈ ਦੇ ਵਾਸਤੇ ਲੋਕਾਂ ਦੇ ਦਿਲਾਂ 'ਚ ਹੈਗਾ ਜਾਨ ਦੇ ਦੇਂਗੇ ਇਸ ਕੇ ਲਿਏ ਕੀ ਬਾਤ ਕਰ ਰਹੇ ਹੋ ਆਪ ਲੋਕ ਸਿੱਧੂ ਮੂਸੇਵਾਲੇ ਬਾਈ ਦੇ ਟੈਟੂ ਕਰਾਉਂਦੇ ਨੇ ਮਨ ਕਿ ਪਾਕਿਸਤਾਨ ਨੇ ਤਾਂ ਲੋਕਾਂ ਨੇ ਸਿੱਧੂ ਮੂਸੇਵਾਲੇ ਬਾਈ ਦੀ ਹਵੇਲੀ ਨੂੰ ਵੇਖ ਕੇ ਆਦੀ ਹਵੇਲੀ ਵੀ ਉਹਦਾ ਦੀ ਬਣਵਾਉਣੀ ਸ਼ੁਰੂ ਕਰਤੀ ਸਿੱਧੂ ਬਾਈ ਦੀ 295 ਦੀ ਕਸਟਮ ਨੰਬਰ ਪਲੇਟਸ ਬਣਵਾਉਣ ਲੱਗ ਗਏ ਨੇ ਸੋ ਲੋਕਾਂ ਦੇ ਦਿਲਾਂ ਦੇ ਵਿੱਚੋਂ ਕਿਵੇਂ ਉਹਨਾਂ ਨੂੰ ਕੋਈ ਕੱਢ ਸਕਦਾ ਹੈ ਇਹੀ ਰੁਤਬਾ ਹੈ ਇਹੀ ਪਿਆਰ ਜੋ ਸਿੱਧੂ ਬਾਈ ਖੱਟ ਕੇ ਗਏ ਨੇ ਇੱਥੋਂ ਕਰ ਰੁਤਬਾ ਤੂੰ ਚੈੱਕ ਸੋਹਣੀਏ ਨੀ ਮੂਸੇਵਾਲੇ ਤੇ ਕਿਤੇ ਨਾ ਕਿਤੇ ਸਾਡੇ ਵਰਗੇ ਫੈਨਸ ਨੂੰ ਹਾਲੇ ਵੀ ਦੁੱਖ ਹੁੰਦਾ ਹੈ ਜਦੋਂ ਲੋਕ ਆਰਟਿਸਟਾਂ ਵਾਸਤੇ ਰੀਲ ਪਾਉਂਦੇ ਨੇ ਕਿ ਅਗਰ ਮੇਰਾ ਫੇਵਰਟ ਆਰਟਿਸਟ ਕਮੈਂਟ ਕਰੇਗਾ ਤੇ ਮੈਂ ਇਹ ਕਰਦਾਗਾ ਉਹ ਕਰਦਾਗੀ ਇਸ ਸਟੈਪ ਦੇ ਲੋਕਾਂ ਦੇ ਤੁਹਾਨੂੰ ਸੋਸ਼ਲ ਮੀਡੀਆ ਤੇ ਕਮੈਂਟ ਵੇਖਣ ਨੂੰ ਮਿਲਦੇ ਨੇ ਤੇ ਯਾਰ ਅਸੀਂ ਕਿਹਨੂੰ ਮੈਂਸ਼ਨ ਕਰੀਏ ਕਿੰਨੇ ਵਾਸਤੇ ਪੋਸਟ ਪਾਈਏ ਕਿ ਸਾਨੂੰ ਵੀ ਕੋਈ ਕਮੈਂਟ ਕਰੇ ਚਲੋ ਇਮੋਸ਼ਨਲ ਗੱਲਾਂ ਤਾਂ ਸਾਈਡ ਤੇ ਹੁਣ ਆਪਾਂ ਥੋੜੀ ਜਿਹੀ 뮤직 ਇੰਡਸਟਰੀ ਦੀ ਅਪਡੇਟਸ ਤੇ ਗੱਲ ਕਰ ਲਈਏ ਤੇ ਯੂਜੋ ਹਨੀ ਸਿੰਘ ਪਾਜੀ ਦੀ ਨਵੀਂ ਪੋਸਟ ਰਾਤ ਦੀ ਬਹੁਤ ਹੀ ਵਾਇਰਲ ਹੋ ਰਹੀ ਜਿੰਦੇ ਜੋ ਕਹਿ ਰਹੇ ਨੇ ਕਿ ਆਪਣੀ EP ਆ ਰਹੀ ਹੈ ਜਿੰਦਾ ਟਾਈਟਲ ਹੈ ਗਲੋਰੀ ਮੈਨੀ ਮਾਤਾ ਮੰਨਣਾ ਪੜੇਗਾ ਤੇ ਆਰਨ ਵਾਈਬ ਦੀ EP ਹੋਏਗੀ ਜਿਵੇਂ ਕਹਿ ਰਹੇ ਸਿੰਘ ਪਾਜੀ ਬਲੂਟੂਥ ਐਰਾ ਦੇ ਵਿੱਚ ਜਦੋਂ ਕਿ ਉਹ ਫੁੱਲ ਪੀਕ ਤੇ ਸੀ 2012-13 ਵਾਲੇ ਗਾਣੇ ਆਪਾਂ ਨੂੰ ਇਹ EP ਦੇ ਵਿੱਚ ਸੁਣਨ ਨੂੰ ਮਿਲਣਗੇ ਅਭੀ ਮਜ਼ਾ ਆਏਗਾ ਨਾ ਭਿੜੋ ਵੋਕਲ ਤੇ 뮤직 ਹਨੀ ਸਿੰਘ ਪਾਜੀ ਆਪ ਹੀ ਕਰਨਗੇ ਹਨੀ 3.0 ਐਲਬਮ ਦੇ ਵਿੱਚ ਵਿਗੜਿਆ ਹੀ ਰਿਹਾ ਆਖਰੀ ਟਰੈਕ ਹੈਗੀ ਉਸ ਤੋਂ ਬਾਅਦ ਇਸ ਸਮਰ ਦੇ ਵਿੱਚ ਆਪਾਂ ਨੂੰ EP ਸੁਣਾ ਦਿੱਤੀ ਜਾਏਗੀ ਜੋ ਹਨੀ ਸਿੰਘਾ ਫਿਰ ਆਪਾਂ ਗੱਲ ਕਰਦੇ ਨੇ ਦਿਲਜੀਤ ਦੋਸਾਂਝ ਪਾਜੀ ਦੀ ਅੰਬਾਨੀ ਵੈਡਿੰਗ ਤੇ ਪਰਫਾਰਮੈਂਸ ਦੇ ਬਾਰੇ ਕਿ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਕਈ ਨੈਗੇਟਿਵ ਕਮੈਂਟਸ ਵੀ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੇ ਨੇ ਦਿਲਜੀਤ ਦੋਸਾਂਝ ਪਾਜੀ ਵਾਸਤੇ ਕਿ ਇਹ ਸ਼ਾਦੀਆਂ ਦੇ ਗਾਣ ਵਾਲਾ ਸਿੰਗਰ ਹੈ ਅੰਬਾਨੀ ਨੇ ਪੈਸੇ ਨਾਲ ਖਰੀਦ ਲਿਆ ਐਟਸੈਟਰਾ ਐਵੇਂ ਦੇ ਕਾਫੀ ਕਮੈਂਟ ਤੋਂ ਨੈਗੇਟਿਵ ਵੇਖਣ ਨੂੰ ਮਿਲਣਗੇ ਬਟ ਉਹਨਾਂ ਲੋਕਾਂ ਵਾਸਤੇ ਇਹ ਹੀ ਰਿਪਲਾਈ ਹੈ ਯਾਰ ਨੈਗੇਟਿਵਿਟੀ ਨਾ ਫੈਲਾਓ ਅਗਰ ਪੰਜਾਬੀਅਤ ਨੂੰ ਤੇ ਪੱਗ ਕਲਚਰ ਨੂੰ ਸਿੱਧੂ ਮੂਸੇਵਾਲੇ ਤੇ ਦਿਲਜੀਤ ਦੋਸਾਂਝ ਪਾਜੀ ਇਹਨਾਂ ਉੱਤੇ ਲੈ ਗਏ ਨੇ ਤੇ ਉਸ ਚੀਜ਼ ਨੂੰ ਬਰਦਾਸ਼ਤ ਕਰੋ ਉਹ ਬੰਦਾ ਆਦੇ ਦਮ ਤੇ ਆਦੇ ਟੈਲੈਂਟ ਤੇ 20 ਸਾਲਾਂ ਤੋਂ ਇੰਡਸਟਰੀ ਦੇ ਵਿੱਚ ਆਦੇ ਲੈਵਲ ਨੂੰ ਬਰਕਰਾਰ ਕੀਤੇ ਹੋਏ ਹੈਗਾ ਸਾਂਝਾਲਾ ਨਾਮ ਦਿਲਾਂ ਉੱਤੇ ਲਿਖਿਆ ਸਹੇਟਰਸ ਉਸ ਚੀਜ਼ ਨੂੰ ਪਹੁੰਚਾਓ ਤੇ ਇਹਨੂੰ ਬਹੁਤਾ ਸੀਰੀਅਸ ਨਾ ਲਵੋ ਤੂੰ ਸਮਝਿਆ ਖਾਸਾ ਜੋਰ ਲੱਗ ਜੂ ਮਟਾਉਣ ਵਾਸਤੇ ਗੱਲ ਕਰ ਲੈਣੇ ਕੱਲ ਦੀ ਇੱਕ ਨਿਊਜ਼ ਬੜੀ ਵਾਇਰਲ ਹੋ ਰਹੀ ਇੰਸਟਾਗ੍ਰਾਮ ਤੇ ਕਿਉਂ ਕੀ ਹੋਈ ਅਭੀ ਬੱਦਤ ਹੈ ਭਾਈ ਲੋਕਾਂ ਦੇ ਮਾਈਂਡ ਬਲੋ ਕਰਕੇ ਰੱਖਤੇ ਨੇ ਇਸ ਚੀਜ਼ ਨੇ ਕਿ ਕੰਗਨਾ ਰਣਾਵਤ ਜੋ ਕਿ ਪਹਿਲੇ ਖਾਲਿਸਤਾਨੀ ਕਹਿੰਦੀ ਸੀ ਪੰਜਾਬੀਆਂ ਨੂੰ ਟ੍ਰੋਲ ਕਰਦੀ ਸੀ ਉਹਨੇ ਪਹਿਲਾਂ ਤਾਂ ਸਿੱਧੂ ਬਾਈ ਦਾ 295 ਇੱਕ ਦੋ ਵਾਰੀ ਲਾਇਆ ਹੋਇਆ ਸੀ ਪਰ ਰੀਸੈਂਟਲੀ ਜਦੋਂ ਤਾਂ ਸ਼ੁਭ ਨੇ ਉਹਨੂੰ ਡਿਸ ਕੀਤਾ ਕਿੰਗਸ਼ਿਪ ਟਰੈਕ ਦੇ ਵਿੱਚ ਜਵਲ ਜਨਾਨੀ ਭੌਂਕੇ ਲੈਟੇ ਉੱਤੇ ਗੱਲਦੇ ਉਸ ਤੋਂ ਬਾਅਦ ਕੰਗਨਾ ਰਣਾਵਤ ਨੂੰ ਵੀ ਅਕਲ ਆ ਗਈ ਉਹਨੇ ਵੀ ਆਦੇ ਹੁਣ ਇੰਸਟਾਗ੍ਰਾਮ ਤੇ ਸਟੋਰੀ ਪਾਈ ਜਿੰਦੇ ਚ ਸ਼ੁਭ ਬਾਈ ਦਾ ਚੈੱਕ ਸੌਂਗ ਉਹਨੇ ਪਲੇ ਕੀਤਾ ਹੋਇਆ ਸੀ ਜੇ ਕੋਈ ਸ਼ੱਕ ਨਹੀਂ ਕਰੀ ਚੈੱਕ ਨਹੀਂ ਹੁਣ ਇਹਦੇ ਪਿੱਛੇ ਦੀ ਰਿਐਲਿਟੀ ਕੀ ਹੈ ਸ਼ੁਭ ਬਾਈ ਨਾਲ ਸੁਧਾ ਹੋ ਗਈ ਹੈ ਜਾਂ ਉਹਦੀ ਫੈਨ ਹੋ ਗਈ ਹੈ ਇਸ ਚੀਜ਼ ਦਾ ਤਾਂ ਆਪਾਂ ਨੂੰ ਸ਼ੁਭ ਬਾਈ ਆਪ ਹੀ ਦੱਸ ਸਕਦੇ ਨੇ ਬਤਨ 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 ਬਾਈ 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 ਮੇਰਾ ਬਾਈ ਬਤਨ ਬਾਈ ਪਰ ਜਿੱਦ ਤੱਕ ਮੇਰਾ ਹੁੰਦਾ ਤਾਂ ਸ਼ੁਭ ਬਾਈ ਨਾਲ ਸੁਧਾ ਨਹੀਂ ਹੋਈ ਹੋਣੀ ਦਿਲੋਂ ਫੈਨ ਹੋ ਗਈ ਹੋਣੀ ਵਿੱਚੋਂ ਵਿੱਚੀ ਫੈਨ ਸਾਲੇ ਯੱਟਦੇ ਉਹਨਾਂ ਨੇ ਜਦੋਂ ਸਟੋਰੀ ਪਾਉਣ ਤੋਂ ਬਾਅਦ ਲੋਕਾਂ ਨੇ ਟ੍ਰੋਲ ਕੀਤਾ ਉਹਨੇ ਨੈਕਸਟ ਸਟੋਰੀ ਦੇ ਵਿੱਚ ਆਦਾ ਇੱਕ ਰਿਪਲਾਈ ਪਾਇਆ ਜੋ ਕਿ ਤੁਹਾਨੂੰ ਪੜ੍ਹ ਕੇ ਸੁਣਾ ਦੇਣੇ ਕੀ ਲਿਖਿਆ ਉਹਨੇ ਉਹ ਫਿਰ ਸੁਣੋ ਮੈਨੂੰ ਮੋਤਰਮਾ ਕੰਗਨਾ ਰਣਾਵਤ ਕਹਿ ਰਹੇ ਨੇ ਕਿ ਇੱਕ ਵਿਚਾਰ ਹੈਗਾ ਠੀਕ ਹੈ ਜੋ ਕਿ ਉਹ ਧਰਮ ਤੇ ਕਰਮ ਦੀ ਬੇਸ ਤੇ ਆਪਾਂ ਨੂੰ ਦੱਸ ਰਹੀ ਹੈ ਯਾਨੀ ਕਿ ਰਿਲੀਜੀਅਸ ਤੇ ਕਰਮਾ ਵੇ ਦੇ ਵਿੱਚ ਸਮਝਾ ਰਹੀ ਹੈ ਠੀਕ ਹੈ ਸਮਝ ਗਿਆ ਤੇ ਮੋਤਰਮਾ ਫਿਲਾਸਫੀ ਦੇ ਵੇ ਦੇ ਵਿੱਚ ਇਹ ਲਿਖਦੇ ਨੇ ਆਦੇ ਵਿਚਾਰ ਕਿ ਵਕਤ ਕੇ ਸਾਥ ਸਾਥ ਨਫ਼ਰਤ ਔਰ ਮੁਹੱਬਤ ਦੋਨਾਂ ਵਿੱਚ ਡੁੱਬਣਾ ਤੇ ਉਹਨਾਂ 'ਚ ਉਭਰਨਾ ਗਲਾ ਨਹੀਂ ਹਿਊਮੈਨਿਟੀ ਹੈ ਯਾਨੀ ਕੋਲ ਇਨਸਾਨੀਅਤ ਦੀ ਗੱਲ ਕਰ ਰਹੀ ਵੀ ਪਹਿਲੇ ਮੈਨੂੰ ਇਹਨਾਂ ਨਾਲ ਨਫ਼ਰਤ ਸੀ ਇਹਨਾਂ ਨੂੰ ਮੈਂ ਖਾਲਿਸਤਾਨੀ ਕਹਿੰਦੀ ਸੀ ਬਟ ਜਦੋਂ ਉਹਨੇ ਮੈਨੂੰ ਪੀਲਿਆ ਉਸ ਤੋਂ ਬਾਅਦ ਉਹਨੂੰ ਕੋਈ ਅਕਲ ਆਈ ਹੈ ਤੇ ਹੁਣ ਉਹ ਸ਼ੁਭ ਬਾਈ ਦੀ ਫੈਨ ਹੋ ਗਈ ਫਿਰ ਸ਼ੁਭ ਬਾਈ ਨੇ ਇਸ ਚੀਜ਼ ਤੇ ਐਕਸ਼ਨ ਲੈਂਦੇ ਰਿਐਕਟ ਕੀਤਾ ਆਦੀ ਇੰਸਟਾਗ੍ਰਾਮ ਤੇ ਸਟੋਰੀ ਜਾ ਕੇ ਉਹਨਾਂ ਨੇ ਆਦੀ ਤਸਵੀਰ ਸ਼ੇਅਰ ਕੀਤੀ ਤੇ ਨਾਲ ਕਿੰਗ ਸ਼ੀਟ ਦੀ ਐ ਲਾਈਨਸ ਨੂੰ ਸ਼ੇਅਰ ਕੀਤਾ ਨੀ ਮੁਫਤ ਜੀ ਕਰਦਾ ਇਲਾਜ ਸ਼ੱਕ ਦਾ ਚਵਲ ਜਨਾਨੀ ਬਾਕੀ ਖੈਰ ਫਨ ਤਾਂ ਆਦੀ ਜਗ੍ਹਾ ਤੇ ਲੇਕਿਨ ਹੁਣ ਮੈਨੂੰ ਵਿਰਾਟ ਕੋਹਲੀ ਪਾਜੀ ਦਾ ਇੰਤਜ਼ਾਰ ਹੈ ਕਿ ਕਦੋਂ ਉਹ ਸ਼ੁਭ ਬਾਈ ਨੂੰ ਦੁਬਾਰਾ ਫੋਲੋ ਕਰਨਗੇ ਤੇ ਉਹਨਾਂ ਦੇ ਗਾਣਿਆਂ ਤੇ ਰੀਲਾਂ ਬਣਾਉਣਗੇ ਦੁਬਾਰਾ ਸੋ ਲੈਟਸ ਸੀ ਕੀ ਹੋ ਗਿਆ ਅੱਖ ਜਿੱਥੇ ਰੱਖਦਾ ਛੱਡੇ ਨਾ ਕੱਖ ਦਾ